ਇਸ 1-to-1 ਸ਼ੋਅ 'ਚ ਤੁਹਾਡਾ ਸਵਾਗਤ ਹੈ। ਅੱਜ ਸਾਡੇ ਮਹਿਮਾਨ ਨੇ ਬਲਵੰਤ ਸਿੰਘ ਖੇੜਾ, ਜੋ ਸੋਸ਼ਲਿਸਟ ਪਾਰਟੀ ਦੇ ਲੀਡਰ ਨੇ ਅਤੇ ਇੱਕ ਸੋਸ਼ਲ ਐਕਟੀਵਿਸਟ ਵੀ ਨੇ। ਉਹਨਾਂ ਕੁਝ ਸਮਾਜਿਕ ਮੁੱਦਿਆਂ 'ਤੇ ਬਹੁਤ ਅਹਿਮ ਭੂਮਿਕਾ ਨਿਭਾਈ ਹੈ, ਜਿਸ 'ਚ ਮਾਲਟਾ ਬੋਟ ਟ੍ਰੈਜਡੀ ਵੀ ਸ਼ਾਮਿਲ ਹੈ। ਅੱਜ ਤੋਂ ਕਰੀਬ 20 ਸਾਲ ਪਹਿਲਾਂ ਹੋਏ ਇਸ ਹਾਦਸੇ ਦੀ ਪੈਰਵਾਈ ਅੱਜ ਵੀ ਉਹ ਕਰ ਰਹੇ ਨੇ। ਕੁਝ ਹੋਰ ਕਾਨੂੰਨੀ ਮਸਲਿਆਂ ਨੂੰ ਲੈ ਕੇ ਉਹ ਸਿਆਸੀ ਹਲਕਿਆਂ 'ਚ ਕਾਫੀ ਸਰਗਰਮ ਨੇ। ਅੱਜ ਅਸੀਂ ਉਹਨਾਂ ਨਾਲ ਇਹਨਾਂ ਸਾਰੇ ਮਸਲਿਆਂ ਬਾਰੇ ਗੱਲ ਕਰਨ ਜਾ ਰਹੇ ਹਾਂ। ਬਲਵੰਤ ਸਿੰਘ ਖੇੜਾ, ਤੁਹਾਡਾ ਇਸ ਸ਼ੋਅ 'ਚ ਸਵਾਗਤ ਹੈ। ਧੰਨਵਾਦ। ਤੁਹਾਡਾ ਗਲੋਬਲ ਪੰਜਾਬ ਦਾ ਅਮਰੀਕਾ ਕਨੇਡਾ ਸਤੰਬਰ ਅਕਤੂਬਰ 'ਚ ਗਿਆ ਸੀ, ਮੈਂ ਰੀਚ ਵੇਖੀ, ਬੜਾ ਪਸੰਦ ਆਇਆ ਜੀ। ਤੁਸੀਂ ਬੜੀ ਸੇਵਾ ਕਰ ਰਹੇ ਹੋ ਸਮਾਜ ਦੀ। ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ਼ ਦਿੱਲੀ ਹਾਈ ਕੋਰਟ 'ਚ ਇੱਕ PIL ਦਾਇਰ ਕੀਤੀ ਹੈ ਜੀ, ਉਹਦਾ ਕੀ ਆਧਾਰ ਹੈ? ਆਧਾਰ SR ਬੰਬਈ ਦਾ 1996 ਦਾ 9 ਜੱਜਾਂ ਦਾ ਫੈਸਲਾ ਆ ਜੀ। ਵੈਸੇ ਤਾਂ 1952 ਤੋਂ ਲੈ ਕੇ ਹੁਣ ਤੱਕ ਕਈ ਜਿੰਨੀ ਫਿਰਕੂ ਪਾਰਟੀਆਂ ਇਨਕਲੂਡਿੰਗ ਅਕਾਲੀ ਦਲ, ਮੁਸਲਿਮ ਲੀਗ ਜਾਂ BJP ਗਲਤ ਤੌਰ 'ਤੇ ਸਾਡੇ ਦੇਸ਼ ਵਿੱਚ ਚੱਲਣ ਸੀ, ਕਿਸੇ ਨੇ ਨਹੀਂ ਰੋਕਿਆ। ਕਈਆਂ ਨੇ ਕੋਸ਼ਿਸ਼ ਵੀ ਕੀਤੀ, ਪਹਿਲਾਂ ਰਿਕਾਰਡ ਵੇਖਿਆ, ਉਹ ਲੜਦੇ ਮਰ ਗਏ। ਪਰ ਸਿਰੇ ਚੜਾਉਣੇ ਵਾਲੀ ਗੱਲ ਮੈਂ ਸਮਝਦਾ ਹੁਣ ਅੜਕੇ ਆਏ ਆ ਸ਼੍ਰੋਮਣੀ ਅਕਾਲੀ ਦਲ, ਹੁਣ ਨਹੀਂ ਇਹਨੂੰ ਜਿਹੜਾ ਇਹਨਾਂ ਨੇ ਪਿਛਲੇ ਸਾਲ ਲੋਕਾਂ ਨੂੰ ਸਿੱਖੀ ਦੇ ਨਾਂ 'ਤੇ ਮੂਰਖ ਬਣਾਇਆ, ਹੁਣ ਨਹੀਂ ਬਣਾ ਸਕਣਗੇ। ਤੁਸੀਂ ਕਹਿੰਦੇ ਜੇ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਫਿਰਕੂ ਪਾਰਟੀ ਆ, ਪਰ ਅਕਾਲੀ ਦਲ ਦਾ ਆਪਣਾ ਕਹਿਣਾ ਵਾ ਵੀ ਉਹ ਇੱਕ ਧਰਮ ਨਿਰਪੱਖ ਪਾਰਟੀ ਆ, ਸੈਕੂਲਰ ਪਾਰਟੀ ਆ, ਔਰ ਉਹਨਾਂ ਨੇ ਇਸ ਬਾਰੇ ਇਲੈਕਸ਼ਨ ਕਮਿਸ਼ਨ ਨੂੰ ਇੱਕ ਅੰਡਰਟੇਕਿੰਗ, ਇੱਕ ਵਚਨ ਵੀ ਦਿੱਤਾ। ਸੰਧੂ ਸਾਹਿਬ, 89 ਦੇ ਵਿੱਚ ਜਦੋਂ ਸਾਰੀਆਂ ਪਾਰਟੀਆਂ ਨੂੰ ਕਾਨੂੰਨ ਮੁਤਾਬਕ ਐਫੀਡੈਵਿਟ ਦੇਣਾ ਸੀ, ਜਦ ਇੰਨੀ ਕੱਚਾ ਸੱਚਾ ਜਿਹਾ ਐਫੀਡੈਵਿਟ ਦਿੱਤਾ, ਜੇ ਉਹਦੀ ਵੀ ਕਹਾਣੀ ਲੱਗੀ ਉਹ ਹੋਰ ਲੰਬੀ ਹੋ ਜਾਂਦੀ ਹੈ ਜੀ। ਅਤੇ ਐਕਚੁਲੀ ਤਾਂ ਸਾਰੀ ਦੁਨੀਆ ਨੂੰ ਪਤਾ ਵੀ ਇਹ ਸ਼੍ਰੋਮਣੀ ਕਮੇਟੀ ਜਾਂ ਗੁਰਦੁਆਰਿਆਂ ਤੋਂ ਬਿਨਾਂ ਚੱਲੇ ਹੀ ਨਹੀਂ ਸਕਦੇ। ਉਹਨਾਂ ਦੇ ਲੰਗਰ, ਉਹਨਾਂ ਦੇ ਫੰਡ, ਉਹਨਾਂ ਦੇ ਵਰਕ, ਉੱਥੇ ਭਰਤੀ ਜਿਹੜਾ ਇੰਨੀ ਖੋਲ੍ਹਿਆ ਆ ਇੰਪਲੋਇਮੈਂਟ ਐਕਸਚੇਂਜ, ਉਹਦੇ ਕਰਕੇ ਹੀ ਇਹ ਜੀਂਦਾ। ਅਸਲੀ ਅਕਾਲੀ ਦਲ ਤਾਂ 1952 ਤੋਂ ਪਹਿਲਾਂ ਹੀ ਮਰ ਗਿਆ ਸੀ, ਬਬਰ ਅਕਾਲੀ, ਅਸਲੀ ਅਕਾਲੀ, ਸੱਚੇ ਸੁੱਚੇ ਅਕਾਲੀ, ਇਹ ਤਾਂ ਝੂਠੇ, ਮੈਂ ਇਹਨਾਂ ਨੂੰ ਸਿੱਖ ਵੀ ਨਹੀਂ ਮੰਨਦਾ, ਮਾਫ ਕਰਨਾ। ਜਿਹੜੀ ਰਿਪ੍ਰੈਜੈਂਟੇਸ਼ਨ ਆਫ ਪੀਪਲ ਐਕਟ ਹੈਗੀ ਆ 1951-52 ਦੀ, ਉਹਦੇ ਤਹਿਤ ਕੋਈ ਵੀ ਪਾਰਟੀ ਜੋ ਧਰਮ ਨਿਰਪੱਖ ਨਹੀਂ ਹੈਗੀ ਅਤੇ ਉਹ ਰਜਿਸਟਰ ਨਹੀਂ ਹੋ ਸਕਦੀ? ਨਹੀਂ, ਸੰਵਿਧਾਨ ਔਰ ਉਹਦੇ ਮੁਤਾਬਕ ਕਿਸੇ ਨੇ ਚੈਲੇਂਜ ਨਹੀਂ ਕੀਤਾ, ਉਹ ਗਲਤ ਹੁੰਦਾ ਰਿਹਾ। ਓਕੇ, ਫਿਰ ਇਹਨਾਂ ਨੇ ਹੁਣ ਕੋਈ ਕਾਨੂੰਨ 1972 ਦੇ ਵਿੱਚ ਬਣਾਇਆ ਵੀ ਜੀ ਅੰਡਰਟੇਕਿੰਗ ਦੇਣ, ਉਹ 89 ਦੇ ਬਾਅਦ ਥੋੜ੍ਹਾ ਹੋਰ ਇਹਨਾਂ 'ਤੇ ਬੰਨਣ ਲੱਗਾ ਵੀ ਉਹਦੇ ਵਿੱਚ ਗੇੜ 'ਚ ਆਇਆ। ਸੋ ਤੁਹਾਡਾ ਮਤਲਬ ਹੈ ਵੀ ਅਕਾਲੀ ਦਲ ਦੇ ਇੱਕ ਤਰੀਕੇ ਨਾਲ ਦੋ ਸੰਵਿਧਾਨ, ਇੱਕ ਪੁਰਾਣਾ ਅਤੇ ਇੱਕ ਨਵਾਂ? ਅਸੀਂ ਦੋਨੋਂ ਹੀ ਨਾਲ ਲਾਏ ਆ ਪਟੀਸ਼ਨ ਦੇ, ਜਿਹੜਾ 1974 ਵਾਲਾ ਵੀ ਅਤੇ ਜਿਹੜਾ ਨਵਾਂ ਬਣਾਇਆ, ਉਹ ਪਤਾ ਨਹੀਂ ਕਦੋਂ ਬਣਾਇਆ, ਇਹਨਾਂ ਨੇ ਕਿੱਥੇ ਬਣਾਇਆ, ਕਿਸੇ ਕਮੇਟੀ ਤੋਂ ਅਪਰੂਵ ਨਹੀਂ ਹੋਏ ਆ, ਇਹਨਾਂ ਦੀ ਆਪਣੀ ਆਫਿਸ ਬੇਅਰਸ ਦੇ ਵਿੱਚ ਜਾਂ ਜਨਰਲ ਕੌਂਸਲ ਵਿੱਚ ਵੀ ਨਹੀਂ ਅਪਰੂਵ ਹੋਏ ਆ। ਆਹ ਹੁਣੇ ਹੀ ਮੈਂ ਦੱਸ ਕੇ ਹਟਿਆ, 29 ਤਰੀਕ ਨੂੰ ਸਾਡਾ ਇਹਨਾਂ ਦੀ ਪੇਸ਼ੀ ਆ, ਮੇਰੇ ਕੋਲ ਸਮਨ ਸੀ, ਅਸੀਂ ਇੱਥੇ ਭੇਜੇ ਆ। ਪਹਿਲਾਂ ਦਲਜੀਤ ਸਿੰਘ ਚੀਮੇ ਨੂੰ ਕੀਤਾ ਸਮਨ, ਉਹ ਕਹਿੰਦਾ ਜੀ ਮੈਂ ਤਾਂ ਨਾਲੇ ਮੈਨੂੰ ਦੋਸ਼ੀ ਕਹਿੰਦੇ, ਨਾਲੇ ਕਹਿੰਦੇ ਰਿਕਾਰਡ ਪੇਸ਼ ਕਰਨ, ਉਹਨੂੰ ਤਾਂ ਰਿਲੀਫ ਮਿਲ ਗਈ। ਹੁਣ ਕੋਈ ਚਰਨਜੀਤ ਸਿੰਘ ਬਰਾੜ ਆਫਿਸ ਸੈਕਟਰੀ, ਉਹਨੂੰ ਤਲਬ ਕੀਤਾ ਸੀ ਅਤੇ 29 ਨੂੰ ਹਾਜ਼ਰ ਹੋਣਾ ਸੀ, ਇਹ ਅਨਕਾਰੀ ਆ। ਹੁਣ ਦੇਖੋ ਜੱਜ ਕੀ ਇਹਦਾ ਨੋਟਿਸ ਲੈਂਦਾ, ਕਿਹਾ ਇਹ ਹੀ ਸੀ ਵੀ ਪਹਿਲਾ ਵਿਧਾਨ ਅਤੇ ਦੂਜਾ ਵਿਧਾਨ ਜਿਹੜੇ ਪ੍ਰੋਸੀਡਿੰਗ ਬੁੱਕ 'ਤੇ ਪਾਸ ਹੋਏ ਆ ਉਹ ਪ੍ਰੋਸੀਡਿੰਗ ਬੁੱਕ ਲੈ ਕੇ ਆਓ। ਪਰ ਬਲਵੰਤ ਸਿੰਘ ਜੀ, ਜੇ ਮੰਨ ਵੀ ਲਈਏ ਵੀ ਅਕਾਲੀ ਦਲ ਦੇ ਦੋ ਸੰਵਿਧਾਨ ਸੀਗੇ, ਜਦੋਂ ਪੁਰਾਣਾ ਸੰਵਿਧਾਨ ਜਿਹੜਾ ਵਾ ਉਸ ਤੋਂ ਬਾਅਦ ਇੱਕ ਨਵਾਂ ਸੰਵਿਧਾਨ ਬਣ ਜਾਵੇ ਅਤੇ ਜਿਹੜਾ ਪੁਰਾਣਾ ਸੰਵਿਧਾਨ ਹੈ ਉਹ ਤਾਂ ਫਿਰ ਵਾਜਬ ਨਹੀਂ ਰਹਿੰਦਾ? ਪਰ 2003 ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ, ਤੁਸੀਂ ਰਿਕਾਰਡ 'ਚ ਵੀ ਵੇਖਿਆ, ਆਪ ਅਟੈਸਟ ਕਰਕੇ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਨੂੰ ਦਿੱਤਾ। 89 'ਚ ਤਾਂ ਦੇਣ ਡਿਆ ਉਹ ਐਫੀਡੈਵਿਟ ਵੀ ਅਸੀਂ ਸੈਕੂਲਰ ਹੋ ਗਏ, ਉਹ ਵੀ ਕਿੱਦਾਂ ਲਿਖਿਆ ਆ ਉਹ ਵੀ ਝੂਠਾ ਫਰੋਡ ਆ। 1996 ਵਿੱਚ ਵੀ ਇਹਨਾਂ ਨੇ ਬਰਨਾਲਾ ਗਰੁੱਪ ਤਾਂ ਬਾਦਲ ਗਰੁੱਪ ਵਾਲੇ ਸੀ, ਉਹ ਵੀ ਫਰੋਡ ਆ, ਮੈਂ ਹੁਣ ਰਿਕਾਰਡ ਕਢਾਇਆ। ਅਤੇ ਇਸ ਕਰਕੇ ਮੈਂ ਪ੍ਰਕਾਸ਼ ਸਿੰਘ ਬਾਦਲ ਨੂੰ ਫਰਾਡੇ ਆਜ਼ਮ ਉੱਪਰ ਲਈ ਕਹਿੰਦਾ ਆਇਆ ਔਰ ਹੁਣ ਵੀ ਕਹੂੰਗਾ। ਲੰਬੀ ਲਿਸਟ ਬਣਦੀ ਆ ਇਹਦੇ ਫਰੋਡਾਂ ਦੀ,
कि पब्लिक लाइफ च इदां दे आदमी नहीं होने चाहिए। ਤੁਸੀਂ ਉਹਨਾਂ ਨੂੰ ਫਰਾਡੇ ਆਜ਼ਮ ਆਉਂਦੇ ਆ ਉਹ ਤੇ ਫਖਰੇ ਕੌਮ ਉਹਨਾਂ ਨੂੰ ਖਿਤਾਬ ਦਿੱਤਾ ਗਿਆ ਵਾ ਬਲਵੰਤ ਸਿੰਘ ਜੀ। ਚਲੋ ਕਿਸੇ ਵੇਲੇ ਕਿਹਾ, ਲੇਕਿਨ ਇਹ ਸਾਰਾ ਮਿਸੂਗਾ, ਛੇਤੀ ਮਿਸੂਗਾ। ਔਰ ਮੈਂ ਇਹਨੂੰ ਝੂਠਿਆਂ ਦਾ ਬਾਦਸ਼ਾਹ ਵੀ ਕਹਿੰਦਾ, ਫਰਾਡੇ ਆਜ਼ਮ ਇਹ ਨਹੀਂ ਕਹਿੰਦਾ, ਔਰ ਰਿਕਾਰਡ ਦੇ ਆਧਾਰ 'ਤੇ ਕਹਿੰਦਾ, ਜ਼ਬਾਨੀ ਜਮ੍ਹਾਂ ਖਰਚ ਨਹੀਂ ਕਹਿੰਦਾ। ਇਸ ਕਰਕੇ ਔੜਕ ਸੱਚ ਰਹੀ, ਬਾਬਾ ਨਾਨਕ ਗਲਤ ਨਹੀਂ ਹੋ ਸਕਦਾ। ਪਰ ਤੁਸੀਂ ਕਹਿ ਰਹੇ ਜੇ ਵੀ ਇੱਕ ਪਾਸੇ ਇਹਨਾਂ ਨੇ ਅੰਡਰਟੇਕਿੰਗ ਦਿੱਤੀ ਕਿ ਅਸੀਂ ਸੈਕੂਲਰ ਪਾਰਟੀਆਂ, ਧਰਮ ਨਿਰਪੱਖ ਪਾਰਟੀਆਂ, ਦੂਜੇ ਪਾਸੇ SGPC ਚੋਣਾਂ ਵਾਸਤੇ, ਉੱਥੇ ਕੀ ਕਿਹਾ ਵਾ, ਉਹਦੇ 'ਚ ਕੀ ਲਿਖਿਆ? ਉੱਥੇ ਵਿਧਾਨ 1974 ਵਾਲਾ ਲਾਇਆ ਟੈਸਟ ਕਰਕੇ ਪ੍ਰਕਾਸ਼ ਸਿੰਘ ਬਾਦਲ ਨੇ 2003 'ਚ। ਅੱਛਾ, 89 'ਚ ਅੰਡਰਟੇਕਿੰਗ ਦਿੰਦੇ ਆ ਭਾਈ ਜੀ ਅਸੀਂ ਸੈਕੂਲਰ ਹੋ ਗਏ। ਔਰ ਜਿਹੜਾ ਨਵਾਂ ਵਿਧਾਨ ਬਣਾਇਆ, ਕਿਹੜੀ ਮੀਟਿੰਗ 'ਚ ਬਣਾਇਆ, ਕੌਣ ਹਾਜ਼ਰ ਸੀ, ਪਤਾ ਹੀ ਨਹੀਂ ਕਿਸੇ ਨੂੰ। ਐਵੇਂ ਕਿਸੇ ਐਡਵੋਕੇਟ ਕੋਲੋਂ ਡਰਾਫਟ ਕਰਵਾ ਕੇ ਇਲੈਕਸ਼ਨ ਕਮਿਸ਼ਨ ਨੂੰ ਦੇ ਦਿੱਤਾ। ਪੋਲੀਟੀਕਲ ਪਾਰਟੀ ਭਾਰਤ ਦੇ ਵਿੱਚ ਪੋਲੀਟੀਕਲ ਪਾਰਟੀਆਂ ਦੀ ਹੋਣ ਦਾ ਵਿਧਾਨ ਆ, ਕੋਈ ਰਾਬਤਾ ਆ, ਕੋਈ ਚਲਨ ਆ, ਅਤੇ ਇਸ ਤਰੀਕੇ ਨਾਲ ਤਾਂ ਨਹੀਂ ਕੁਛ ਹੋ ਸਕਦਾ। ਪਰ ਇਸ ਵੇਲੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਸਾਰੇ ਮੈਂਬਰ ਆ, ਬਹੁਤ ਸਾਰੇ ਵੱਡੇ ਲੀਡਰ ਆ, ਉਹ ਗੈਰ ਸਿੱਖ ਵੀ ਹਨ, ਬਹੁਤ ਸਾਰੇ ਨੌਨ ਸਿੱਖ ਵੀ ਜਿਹੜੇ ਆ ਉਹ ਅਕਾਲੀ ਦਲ ਦੇ ਲੀਡਰ ਆ, ਵਿੱਚੋਂ ਕਈ MLA ਵੀ ਚੁਣੇ ਗਏ ਆ। ਸੋ ਇੱਕ ਤਰੀਕੇ ਨਾਲ ਹੁਣ ਉਹ ਆਪਣੇ ਆਪ ਨੂੰ ਹੁਣ ਧਰਮ ਨਿਰਪੱਖ ਪੇਸ਼ ਕਰਦੇ ਆ। ਜੋਗਿੰਦਰ ਸਿੰਘ ਵੇਦਾਂਤੀ ਨੇ 1998 ਵਿੱਚ ਨਿਊਯਾਰਕ ਇੰਟਰਵਿਊ, ਤੁਸੀਂ ਪੜ੍ਹੀ ਹੋਣੀ ਆ, ਉਹ ਕਹਿੰਦਾ ਵੀ ਅਕਾਲੀ ਸ਼ਬਦ ਸਾਰੇ ਅਕਾਲੀ ਦਲਾਂ ਨੂੰ ਆਪਣੇ ਨਾਂ 'ਚੋਂ ਕੱਢ ਦੇਣਾ ਚਾਹੀਦਾ। ਉਹ ਕਿਉਂ? ਜੇ ਸ਼੍ਰੋਮਣੀ ਅਕਾਲੀ ਦਲ, ਅਕਾਲੀ ਤਾਂ ਜਿਹੜਾ ਪੱਕਾ ਸਿੱਖ ਜਾਂ ਮੋਹਰੀ ਸਿੱਖ ਹੁੰਦਾ ਆ, ਇਹ ਤਾਂ ਸਿੱਖ ਵੀ ਨਹੀਂ ਹੈਗੇ। ਪ੍ਰਕਾਸ਼ ਸਿੰਘ ਬਾਦਲ ਜੁੰਡਲੀ ਜਿਹੜੀ ਆ, ਇਹ ਤਾਂ ਗਰੋਹ ਹੈ ਇੱਕ ਲੁਟੇਰਿਆਂ ਦਾ, ਜਾਂ ਬਾਣਾ ਪਾਏ ਆ ਸਿੱਖੀ ਦਾ, ਨਾ ਕਿਰਤ ਕਰਦੇ ਆ, ਨਾ ਨਾਮ ਜਪਦੇ ਆ, ਨਾ ਵੰਡ ਛਕਦੇ ਆ। ਇਹ ਇਸ ਕਰਕੇ ਤਾਂ ਪੰਥ ਦੇ ਨਾਂ ਨੂੰ ਵਰਤਣ ਲਈ, ਗੁਰਦੁਆਰਿਆਂ ਨੂੰ ਵਰਤਣ ਲਈ ਇਹਨਾਂ ਨੇ ਢੌਂਗ ਰਚਿਆ ਸੀ। ਉਹ ਐਕਸਪੋਜ਼ ਹੋਏਗਾ, ਛੇਤੀ ਹੋਏਗਾ। ਨਹੀਂ, ਚਲੋ ਉਹ ਤਾਂ ਇੱਕ ਨਿੱਜੀ ਜ਼ਿੰਦਗੀ ਆ ਕਿਸੇ ਸ਼ਖਸ ਦੀ, ਕਿਸੇ ਇੱਕ ਦੀ ਨਹੀਂ, ਬੜੇ ਪੈਮਾਨੇ 'ਤੇ ਲੀਡਰਸ਼ਿਪ 'ਤੇ ਮੈਂ ਇਲਜ਼ਾਮ ਲਗਾਉਂਦਾ, ਕੋਰ ਕਮੇਟੀ 'ਤੇ ਇਲਜ਼ਾਮ ਲਗਾਉਂਦਾ, ਜਿਹੜਾ ਅਗਰ ਆਫਟਰਆਲ ਵਿਧਾਨ ਪਾਸ ਹੁੰਦਾ ਜਾਂ ਮਤੇ ਪਾਸ ਹੁੰਦੇ ਆ, ਅਸੀਂ ਕੇਸ ਪਾਏ ਆ, ਜਿਹੜਾ ਕ੍ਰਿਮੀਨਲ ਇਹਨਾਂ ਸਾਰੀ ਕਮੇਟੀ 'ਤੇ ਪਾਏ ਆ, ਇਕੱਲੇ ਪ੍ਰਕਾਸ਼ ਸਿੰਘ ਬਾਦਲ 'ਤੇ ਜਾਂ ਸੁਖਵੀਰ ਸਿੰਘ ਬਾਦਲ 'ਤੇ ਨਹੀਂ ਹੈ। ਜਿਹੜਾ ਤੁਹਾਡਾ ਹਾਈਕੋਰਟ ਦੇ ਵਿੱਚ PIL ਤੁਹਾਡੀ ਤੁਸੀਂ ਦਾਇਰ ਕੀਤੀ ਆ, ਉਹਦੇ 'ਚ ਨਵੰਬਰ 2015 ਨੂੰ ਇਨਫੈਕਟ ਹਾਈਕੋਰਟ ਨੇ ਆਪਣਾ ਜਿਹੜਾ ਫੈਸਲਾ ਵਾ ਰਾਖਵਾਂ ਰੱਖ ਲਿਆ, 5 ਨਵੰਬਰ ਨੂੰ, 5 ਨਵੰਬਰ ਨੂੰ ਰਾਖਵਾਂ ਰੱਖ ਰਿਹਾ ਸੀਗਾ। ਹੁਣ ਕਰੀਬ 3.5 ਮਹੀਨੇ ਹੋ ਗਏ ਆ, ਹਾਲੇ ਤੱਕ ਫੈਸਲਾ ਨਹੀਂ ਆਇਆ। ਉਹ 3 ਮਹੀਨੇ ਬਾਅਦ ਅਸੀਂ ਹੋਏ ਸੀ ਪੇਸ਼ ਜੀ, ਉਹਨਾਂ ਨੂੰ ਚੇਤਾ ਕਰਾਉਣ ਲਈ ਵੀ ਛੇਤੀ ਫੈਸਲਾ ਕਰੋ, ਅਤੇ ਚੀਫ ਜਸਟਿਸ ਕਹਿਣ ਲੱਗੀ ਵੀ ਵਾਂਟਸ ਸਮ ਕਲੈਰੀਫਿਕੇਸ਼ਨਸ। ਉਹ ਫਿਰ ਤਾਰੀਖ ਦੇ ਦਿੱਤੀ 16 ਮਾਰਚ ਦੀ ਦੇ ਦਿੱਤੀ, ਅਤੇ ਉਹ ਅਸੀਂ ਹੁਣ ਪ੍ਰਸ਼ਾਂਤ ਭੂਸ਼ਣ ਸਾਡੇ ਤੁਸੀਂ ਸਮਝਦੇ ਹੋ, ਅਤੇ ਉਹਨਾਂ ਨੇ ਮੇਰੇ ਐਡਵੋਕੇਟਸ ਨੇ ਸਲਾਹ ਕੀਤੀ ਆ, ਇਹ ਇੱਦਾਂ ਨਹੀਂ ਜਾਣ ਦੇਵਾਂਗੇ ਵੀ ਫੈਸਲਾ ਕਰਕੇ ਉਹਨੂੰ ਪੈਂਡਿੰਗ ਕਰ ਸਕਦੇ ਆ। ਉਹ ਤਾਂ ਠੀਕ ਆ, ਅਖੀਰ ਨੂੰ ਅੱਗੇ ਚੱਲਣਾ, ਅਸੀਂ ਤਾਂ ਚਾਹੁੰਦੇ ਫੈਸਲਾ ਦਿਓ। ਉਹ ਹੁਣ 1 ਤਾਰੀਖ ਨੂੰ ਸੁਣਵਾਈ ਆ। ਇਹ ਜਿਹੜਾ ਤੁਸੀਂ ਕੇਸ ਕੀਤਾ ਵਾ, ਇਹਦੇ 'ਚੋਂ ਤੁਸੀਂ ਕੀ ਕੱਢਣਾ ਚਾਹੁੰਦੇ ਜੀ, ਕੀ ਸਾਬਤ ਕਰਨਾ ਚਾਹੁੰਦੇ ਜੀ ਬਲਵੰਤ ਸਿੰਘ? ਮੈਂ ਕੁਛ ਨਹੀਂ, ਇਹ ਮੈਂ ਇਹਨੂੰ ਦਰਅਸਲ ਸੰਧੂ ਸਾਹਿਬ ਚਿੜ ਸੀ ਪਿਛਲੇ 50 ਸਾਲਾਂ ਤੋਂ ਜੀ, ਭਈ 1947 ਵਿੱਚ ਮੁਸਲਿਮ ਲੀਗ ਨੇ ਪਾਕਿਸਤਾਨ ਬਣਵਾਇਆ ਮੁਸਲਮਾਨਾਂ ਦੇ ਨਾਂ 'ਤੇ, ਕੌਮ ਦੇ ਨਾਂ 'ਤੇ, ਔਰ ਉਹ ਫਿਰ ਵੀ ਭਾਰਤ ਵਿੱਚ MLA MP ਵਜ਼ੀਰ ਬਣਦੇ ਆ, ਪਾਰਟੀ ਆ ਰਜਿਸਟਰਡ। ਔਰ ਇੱਦਾਂ ਦੀਆਂ ਹੋਰ ਵੀ ਪਾਰਟੀਆਂ, ਕ੍ਰਿਸਚਨ ਪਾਰਟੀਆਂ ਜਾਂ ਹਿੰਦੂ ਪਾਰਟੀਆਂ ਹੈਗੀਆਂ, ਅਕਾਲੀ ਵੀ ਸੀ ਇੱਕ। ਇਹ ਕਿਉਂਕਿ ਮੇਰੇ ਨਜ਼ਦੀਕ ਸੀ, ਮੇਰੇ ਇਲਾਕੇ ਦੇ ਸੀ, ਇਹ ਮੇਰੇ ਅੜਿੱਕੇ ਆ ਗਏ, ਮੈਂ ਕਿਹਾ ਇਹਨਾਂ ਨੂੰ ਪਹਿਲਾਂ ਸ਼ੁੱਧ ਕਰ ਲਈਏ, ਬਾਕੀ ਆਪੇ ਸ਼ੁੱਧ ਹੋਣਗੇ। ਅਤੇ ਇਸ ਕਰਕੇ ਇਹਨਾਂ ਨੂੰ ਹੁਣ ਆਪਾਂ ਦੁੱਧ ਦਾ ਦੁੱਧ, ਪਾਣੀ ਦਾ ਪਾਣੀ 96 ਦੇ ਫੈਸਲੇ ਨੇ ਕੀਤਾ ਆ, ਇਹਨਾਂ 'ਤੇ ਲਾਗੂ ਹੋਊਗਾ, ਤਾਂ ਇਹਨਾਂ ਨੂੰ ਸਿੱਧੇ ਹੋ ਕੇ ਚੱਲਣਾ ਪਊਗਾ। ਜੇ ਹਾਈਕੋਰਟ ਤੁਹਾਡੀ ਗੱਲ ਮੰਨ ਲੈਂਦਾ ਵਾ, ਔਰ ਬਾਅਦ ਦੇ ਵਿੱਚ ਸੁਪਰੀਮ ਕੋਰਟ ਵੀ ਤੁਹਾਡੀ ਗੱਲ ਮੰਨਦਾ ਵਾ, ਅਤੇ ਅਕਾਲੀ ਦਲ ਦੀ ਮਾਨਤਾ ਰੱਦ ਹੋ ਸਕਦੀ ਹੈ, ਤਾਂ ਨਹੀਂ ਲੱਗਦਾ ਵੀ ਇਹਦੇ ਨਾਲ ਪੰਜਾਬ ਨੂੰ ਨੁਕਸਾਨ ਹੋਊਗਾ? ਪੰਜਾਬ ਦੇ ਬਹੁਤ ਲੋਕ ਜਿਹੜੇ ਆ ਇਸ ਪਾਰਟੀ ਨਾਲ, ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਆ। ਸ਼੍ਰੋਮਣੀ ਅਕਾਲੀ ਦਲ ਨਾਲ ਨਹੀਂ ਜੁੜਿਓ, ਕੋਈ ਵੀ ਪੰਥ ਨਾਲ ਜੁੜਿਓ ਸੀ ਜਾਂ ਸਰਕਾਰ ਨਾਲ ਜੁੜਿਓ ਆ, ਇਹਨਾਂ ਨੇ ਤਾਂ ਪੰਥ ਦਾ ਅਤੇ ਲੋਕਾਂ ਦਾ ਇੰਨਾ ਨੁਕਸਾਨ ਕੀਤਾ ਹੈਗਾ, ਕੁਛ ਨਹੀਂ ਇਹ ਇਹਨਾਂ ਤੋਂ ਛੁਟਕਾਰਾ ਪਾ ਕੇ ਮੈਂ ਸਮਝਦਾ ਵੀ ਪੰਜਾਬ ਖਤਮ ਕੀਤਾ ਜੇ, ਜਾਂ ਕਰਜ਼ਾਈ ਕੀਤਾ, ਜਾਂ ਨਸ਼ਾ ਹੀ ਕੀਤਾ, ਲੰਬੀ ਲਿਸਟ ਬਣਾ ਲੈਂਦੇ ਹਾਂ,
ਸੜਕਾਂ ਵੀ ਨਿਲਾਮ ਕਰਤੀਆਂ। ਪੰਜਾਬ ਤਾਂ ਹੈ ਨਹੀਂ ਕਿਤੇ, ਪੰਜਾਬ ਤਾਂ ਪਿਸ਼ੌਰ ਤੋਂ ਪਲਵਲ ਤੱਕ ਸੀ ਜਾਂ ਚੀਨ ਦੀ ਸਰਹੱਦ ਤੋਂ ਰਾਜਸਥਾਨ ਸੀ। ਇਹਨਾਂ ਨੇ ਜ਼ਬਾ ਕਰ ਦਿੱਤਾ ਪੰਜਾਬ। ਤਾਂ 4 ਘੰਟੇ ਵਿੱਚ ਰਾਜਪੁਰੇ ਤੋਂ ਅੰਮ੍ਰਿਤਸਰ ਜਾਓ ਤੁਸੀਂ, ਇਹ ਕਿਹੜਾ ਪੰਜਾਬ ਹੈ? ਮੱਧ ਪ੍ਰਦੇਸ਼ ਰਾਜਸਥਾਨ ਦਾ ਜ਼ਿਲ੍ਹੇ ਤੋਂ ਵੱਡੇ ਆ। ਇਸ ਕਰਕੇ ਪੰਜਾਬ ਤਾਂ ਇਹਨੀ ਖਤਮ ਕਰ ਦਿੱਤਾ। ਇਸ ਕਰਕੇ ਤਾਂ ਦੋਸ਼ੀ ਹੈ, ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਔਰ ਮਿਲੇਗੀ। ਰੱਬ ਦਰਗਾਹ ਵਿੱਚ ਵੀ ਮਿਲੇਗੀ, ਲੋਕਾਂ ਵਿੱਚ ਵੀ ਮਿਲੇਗੀ ਔਰ ਛੇਤੀ ਮਿਲੇਗੀ। ਹਾਈਕੋਰਟ ਦੇ ਕੇਸ ਤੋਂ ਇਲਾਵਾ ਇੱਕ ਜਿਹੜੀ ਹੈਗੀ ਆ ਅਪਰਾਧਿਕ ਸ਼ਿਕਾਇਤ, ਕ੍ਰਿਮੀਨਲ ਕੰਪਲੇਂਟ ਜੀ ਹੁਸ਼ਿਆਰਪੁਰ ਦੇ ਕਿਸੇ ਕਚਹਿਰੀ 'ਚ ਵੀ ਫਾਈਲ ਕੀਤੀ ਆ, ਉਹਦੀ ਕੀ ਪ੍ਰੋਗਰੈਸ ਹੈ? ਮੈਂ ਉਹੀ ਦੱਸਿਆ, ਸਮਨ ਹੋਇਓ ਸੀ ਪਹਿਲਾਂ 2 ਸਾਲ ਪਹਿਲਾਂ ਦਲਜੀਤ ਸਿੰਘ ਚੀਮੇ ਨੂੰ ਸਮਨ ਹੋਏ ਸੀ। ਉਹ ਕਹਿੰਦਾ ਮੈਂ ਰਿਕਾਰਡ ਦੇਣ ਨੂੰ ਤਾਂ ਤਿਆਰ ਹਾਂ ਪਰ ਮੈਨੂੰ ਉਹ ਦੋਸ਼ੀ ਖੇੜਾ ਸਾਹਿਬ ਕਹਿੰਦੇ, ਇਸ ਕਰਕੇ ਮੈਂ ਨਹੀਂ ਜਾਣਾ। ਉਹਨੂੰ ਰਿਲੀਫ ਮਿਲ ਗਿਆ। ਹੁਣ ਚਰਨਜੀਤ ਸਿੰਘ ਬਰਾੜ ਨੂੰ ਹੀ ਕਿਹਾ ਰਿਕਾਰਡ ਲੈ ਕੇ ਆ ਵੀ ਪਹਿਲਾ ਵਿਧਾਨ ਪਾਸ ਹੋਇਆ ਔਰ ਜੋ ਦੂਜਾ ਹੋਇਆ ਉਹ ਪ੍ਰੋਸੀਡਿੰਗ ਮੁੱਕ ਲਿਆ। ਉਹ ਮੇਰੇ ਨੋਟਿਸ 'ਚ ਆਇਆ ਵੀ ਉਹ ਇਨਕਾਰੀ ਆ, ਮੇਰੀ ਇਨਫੋਰਮੇਸ਼ਨ ਆ। ਬਾਕੀ 29 ਨੂੰ ਪਤਾ ਲੱਗੇਗਾ ਜੱਜ ਕੀ ਵਿਊ ਲੈਂਦਾ। ਬਹੁਤ ਸਾਰੀਆਂ ਹੋਰ ਵੀ ਇਹੋ ਜਿਹੀਆਂ ਪਾਰਟੀਆਂ ਵਾ ਜਿਹੜੀਆਂ ਸ਼ਾਇਦ ਜਿਨ੍ਹਾਂ ਨੂੰ ਲੋਕ ਫਿਰਕੂ ਮੰਨਦੇ ਆ, ਜਿਹੜੀਆਂ ਧਰਮ ਨਿਰਪੱਖ ਨਹੀਂ ਹੈਗੀਆਂ, ਅਤੇ ਸਿਰਫ ਤੁਸੀਂ ਅਕਾਲੀ ਦਲ ਦੇ ਖਿਲਾਫ਼ ਪਟੀਸ਼ਨ ਕਿਉਂ ਦਾਇਰ ਕੀਤੀ, ਬਾਕੀਆਂ ਦੇ ਖਿਲਾਫ਼ ਕੋਈ ਨਹੀਂ? ਸੰਧੂ ਸਾਹਿਬ ਇਹ ਗੱਲ ਲੰਬੀ ਹੋ ਜਾਏਗੀ। ਅੱਜ ਤੋਂ 15 ਸਾਲ ਪਹਿਲਾਂ ਮੈਂ ਦਿੱਲੀ 'ਚ ਸੀ ਤਾਂ ਹਿੰਦੂ ਵਿੱਚ ਖਬਰ ਪੜ੍ਹੀ, ਕੇਰਲ ਦੇ ਇੱਕ ਫੌਜੀ ਨੇ ਮੁਸਲਿਮ ਲੀਗ ਦੇ ਖਿਲਾਫ਼ ਕੋਈ ਕੇਸ ਪਾਇਆ ਸੀ ਜਾਂ ਸਾਰੀਆਂ ਪਿਰਕੂਆਂ ਦੇ ਖਿਲਾਫ਼ ਕੇਸ ਪਾਇਆ ਸੀ, ਅਤੇ ਉਹ ਮੈਂ ਪੜ੍ਹ ਕੇ ਟੋਲ ਕੇ ਮੈਂ ਵੀ ਉਹਦੇ ਵਿੱਚ ਇੰਟਰਵੈਂਸ਼ਨਿਸਟ ਬਣ ਗਿਆ। ਉਹ 2-3 ਸਾਲ 4 ਸਾਲ ਦੀ ਰਹੀ। ਪਰ ਇਹਨਾਂ ਕੇਸਾਂ ਦਾ ਪਿੱਛਾ ਕਰਨਾ ਬੜਾ ਮੁਸ਼ਕਿਲ ਹੁੰਦਾ, ਉਹਨਾਂ ਨੋਟਿਸ ਦਵਾਉਣਾ ਪਿੱਛੇ ਕਰਕੇ ਉਹ ਹੋ ਗਈ। ਮੈਂ ਸਮਝਦਾ ਇਹ ਜਦੋਂ ਪ੍ਰੈਸੀਡੈਂਟ ਸੈੱਟ ਹੋ ਗਿਆ ਤਾਂ ਦੂਜਿਆਂ ਨੂੰ ਵੀ ਇਸੇ ਰਾਹ 'ਤੇ ਫਿਰ ਐਲੀਮੀਨੇਟ ਕਰਨਾ ਪਊਗਾ ਜੀ। ਇੱਥੇ ਅਸੀਂ ਰੋਕ ਰਹੇ ਹਾਂ ਇੱਕ ਬ੍ਰੇਕ ਵਾਸਤੇ। ਬ੍ਰੇਕ ਤੋਂ ਬਾਅਦ ਅਸੀਂ ਮਾਲਟਾ ਬੋਟ ਟ੍ਰੈਜਡੀ ਮਿਸ਼ਨ ਦੇ ਚੇਅਰਮੈਨ ਬਲਵੰਤ ਸਿੰਘ ਖੇੜਾ ਨਾਲ ਗੱਲਬਾਤ ਜਾਰੀ ਰੱਖਾਂਗੇ। ਵੈਲਕਮ ਬੈਕ। ਅਸੀਂ ਗੱਲ ਕਰ ਰਹੇ ਹਾਂ ਬਲਵੰਤ ਸਿੰਘ ਖੇੜਾ ਹੁਣਾਂ ਨਾਲ। ਅੱਜ ਤੋਂ ਕਰੀਬ 20 ਸਾਲ ਪਹਿਲਾਂ ਯੂਰਪ ਦੇ ਵਿੱਚ ਇਟਲੀ ਦੇ ਕੋਲ ਮਾਲਟਾ ਬੋਟ ਹਾਦਸਾ ਹੋਇਆ ਸੀ, ਉਹਦੇ 'ਚ ਬਹੁਤ ਸਾਰੇ ਪੰਜਾਬੀ ਵੀ ਮਾਰੇ ਗਏ ਸੀ, ਆਲਮੋਸਟ 170 ਦੇ ਕਰੀਬ। ਇਸ ਵਾਕਿਆ ਨੂੰ 20 ਸਾਲ ਹੋ ਗਿਆ, ਉਹ ਹੁਣ ਕੇਸ ਕਿੱਥੇ ਖੜਾ ਵਾ? ਕੀ ਕੁਝ ਲੋਕਾਂ ਨੂੰ ਸਜ਼ਾਵਾਂ ਮਿਲੀਆਂ? ਸੰਧੂ ਸਾਹਿਬ ਜਾਣੇ ਅਣਜਾਣੇ ਮੇਰੇ ਕੋਲ ਪ੍ਰਭਾਵਿਤ ਲੋਕ ਆ ਗਏ। ਉਸ ਵੇਲੇ ਪੰਜਾਬ ਵਿੱਚ ਜਾਂ ਭਾਰਤ ਵਿੱਚ ਜਨਤਾ ਦਲ ਦੀ ਹਕੂਮਤ ਸੀ, ਗੁਜਰਾਲ ਸਾਹਿਬ ਮੰਤਰੀ ਸੀ, ਮੈਂ ਸਟੇਟ ਦਾ ਪ੍ਰੈਜੀਡੈਂਟ ਸੀ ਜਨਤਾ ਦਾ ਜੀ। ਅਤੇ ਉਹ ਮੈਂ ਉਹਨਾਂ ਨੂੰ ਨਾਂਹ ਕਰ ਦਿੱਤੀ, ਉਹ ਇਲਾਕੇ ਦੇ ਲੋਕਾਂ ਤੋਂ ਮੈਨੂੰ ਪ੍ਰਭਾਵ ਪਾਇਆ, ਹਾਂ ਹੋ ਗਈ, ਫਿਰ ਪਿੱਠਾਂ ਛਿਲੀਆਂ ਗਈਆਂ ਕੇਸ ਨੂੰ ਕਿੱਦਾਂ ਕਿੱਦਾਂ ਕਿੱਥੋਂ। ਗੁਜਰਾਲ ਸਾਹਿਬ ਕਹਿਣ ਲੱਗੇ ਖੇੜਾ ਸਾਹਿਬ ਇਹ ਤਾਂ ਵਾਕਿਆ ਹੋਇਆ ਹੀ ਨਹੀਂ, ਤੂੰ ਕਿਹੜੇ ਪੰਗੇ 'ਚ ਪੈ ਗਿਆ? ਮਾਪੇ ਸੀ ਨਾਲ ਮੇਰੇ, ਉਹ ਖੁਸ਼ ਹੋ ਗਿਆ, ਜੇ ਵਾਕਿਆ ਨਹੀਂ ਹੋਇਆ ਤਾਂ ਸਾਡੇ ਨਿਆਣੇ ਜੀਂਦੇ ਆ। ਬਥੇਰਾ ਕਿਹਾ ਗੁਜਰਾਲ ਸਾਹਿਬ ਨੂੰ, ਭਾਈ ਇਹ ਐਵੇਂ ਨਹੀਂ ਰੋਂਦੇ, ਮੈਂ 2 ਸਾਲ ਤੋਂ ਵੇਖਦਾ, ਇਹ ਤਾਂ ਵੇਖੇ ਨਹੀਂ ਜਾਂਦੇ। ਖੈਰ ਅਸੀਂ ਗਏ ਔਰ ਮੈਂ ਕੁਦਰਤ ਵੱਲੋਂ ਕਹਿ ਲਓ ਇੰਨਾ ਅੱਛਾ ਐਵੀਡੈਂਸ ਮਿਲ ਗਿਆ ਸਾਰੇ ਦੇਸ਼ਾਂ ਵਿੱਚ ਘੁੰਮ ਕੇ, ਮੇਰੇ ਤੋਂ ਇਲਾਵਾ ਹੋਰਨਾਂ ਨੇ ਵੀ ਇਸ ਮਾਮਲੇ ਦੇ ਵਿੱਚ ਕੰਮ ਕੀਤਾ ਹੋਇਆ ਸੀ, ਇੱਕ ਜਰਮਨ ਦਾ ਡਾਕੂਮੈਂਟਰੀ ਵੇਟਰ ਸੀ ਉਹਨੇ ਵੀ ਕੀਤਾ ਸੀ। ਇਸ ਕਰਕੇ ਉਹਦੇ ਵਿੱਚ 100% ਦੀ ਸਫਲਤਾ ਹੋਈ ਸਭ। ਔਰ ਇਟਲੀ ਦੇ ਵਿੱਚ ਹਾਈਕੋਰਟ ਵਿੱਚ ਸਾਡੀ ਪੇਸ਼ੀ ਹੋਈ 13 ਜੱਜਾਂ ਦੇ ਸਾਹਮਣੇ ਔਰ 30-30 ਸਾਲ ਸਜ਼ਾ ਮਿਲੀ। ਲੇਕਿਨ ਬਦਕਿਸਮਤੀ ਹੈ ਵੀ ਭਾਰਤ ਵਿੱਚ ਦਿੱਲੀ ਦੀ ਰੋਹਣੀ ਕੋਰਟ ਦੇ ਵਿੱਚ ਹਾਲੇ ਵੀ ਕੇਸ ਚੱਲਦਾ, ਚਾਰਜਸ਼ੀਟ ਨਹੀਂ ਹੋਇਆ ਇਹਨਾਂ ਦਾ। ਪਰ ਚਾਰਜਸ਼ੀਟ ਅੱਜ ਕੋਲ 7 ਸਾਲ ਪਹਿਲਾਂ CBI ਚਾਰਜਸ਼ੀਟ ਫਾਈਲ ਕਰਨ ਲੱਗੀ ਸੀਗੀ, ਹਾਲੇ ਤੱਕ ਨਹੀਂ ਫਾਈਲ ਹੋਈ? ਕੀਤਾ ਤਾਂ, ਲੇਕਿਨ ਉਹ ਸਾਰੇ ਮੁਲਜ਼ਮ ਇਕੱਠੇ ਹੋਣੇ ਚਾਹੀਦੇ ਆ। ਹੁਣ ਅਸੀਂ PIL ਪਾਉਣ ਲੱਗੇ ਹਾਂ ਵੀ ਉਹ ਬਈ ਇਹਦਾ ਨਿਪਟਾਰਾ ਕਰੋ, ਅਸੀਂ ਬੁੱਢੇ ਹੋ ਗਏ, ਫਿਰ ਕੇਸ ਚੱਲਦੇ ਚੱਲਦੇ ਕੀ ਹੋਣਾ ਨਹੀਂ ਹੋਣਾ, ਅਤੇ ਉਹ ਵੀ ਆ ਟਰਾਇੰਗ ਵੀ ਉਹਨੂੰ ਛੇਤੀ ਐਕਸਟਾਈਟ ਕਰੋ। ਉਹ ਮੈਨੂੰ ਯਾਦ ਆ ਵੀ ਉਹਦੇ 'ਚ 20 ਦੋਸ਼ੀ ਸੀਗੇ ਜਿਹੜੇ CBI ਨੇ, 28 ਸੀ ਸਾਰੇ, 28 ਔਰ ਉਹਨਾਂ 'ਚ ਕੁਝ ਪੁਲਿਸ ਅਫਸਰ ਵੀ ਸੀਗੇ, ਕੁਝ ਪੁਲਿਸ ਕਰਮਚਾਰੀ ਵੀ ਸੀ, ਉਹਦੇ 'ਚ ਕੁਝ ਟਰੈਵਲ ਏਜੰਟ ਵੀ ਸੀ। ਉਹ ਤਰੀਕਾਂ ਭੁਗਤਦੇ ਆ, ਕਈ ਵਾਰੀ ਮਿਲਦੇ ਵੀ ਆ ਉੱਥੇ, ਦੇਖਦੇ ਸਾਨੂੰ, ਅਸੀਂ ਉਹਨਾਂ ਨੂੰ ਵੇਖਦੇ ਹਾਂ, ਲੜਾਈ ਤਾਂ ਲੜੀ ਆਏ ਤਾਂ ਨਹੀਂ। ਅਤੇ ਉੱਧਰ ਇਟਲੀ ਦੇ ਵਿੱਚ ਕੁਝ ਲੋਕਾਂ ਨੂੰ ਸਜ਼ਾ ਹੋ ਗਈ? ਹਾਂ ਪੱਕਾ, 30-30 ਸਾਲ ਦੀ ਸਜ਼ਾ ਆਈ, ਸੁਪਰੀਮ ਕੋਰਟ 'ਚ ਵੀ ਉਹ ਡਿਟੋ ਹੋ ਗਈ। ਅਤੇ ਹੁਣ ਕੀ ਕਰਨ ਜਾ ਰਹੇ ਇਸ ਕੇਸ ਤੁਸੀਂ?
ਹੁਣ ਤੇ ਰਹਿੰਦ ਖੂੰਹਦ ਸਾਂਭਣ ਵਾਲੀ ਗੱਲ ਹੈਗੀ ਆ, ਹੋਰ ਕੋਈ ਬਹੁਤੀ ਉਹ ਪਰਿਵਾਰ ਜਿਹੜੇ ਆ ਉਹ ਹੁਣ ਰੀਕਨਸਾਈਲ ਕਰ ਗਏ ਆ ਵੀ ਸਾਨੂੰ ਕੁਝ ਨਹੀਂ ਮਿਲਣਾ, ਕੁਝ ਕੋਈ ਮੁਆਵਜ਼ਾ ਵਗੈਰਾ ਮਿਲਿਆ ਉਹਨਾਂ ਨੂੰ ਥੋੜਾ? ਨਹੀਂ, ਮੁਆਵਜ਼ਾ ਤਾਂ ਮਿਲ ਹੀ ਨਹੀਂ ਸਕਦੇ, ਲੀਗਲ ਸੀ ਉਸ ਵੇਲੇ ਕਾਂਗਰਸ ਦੀ ਸਰਕਾਰ ਸੀ ਕੀ ਆ, ਬੀਬੀ ਭੱਠਲ ਨੇ 50-50 ਹਜ਼ਾਰ ਨਾ ਉਸ ਦੇ ਤਾ, ਉਹ ਵੀ ਹਾਈਕੋਰਟ ਤੋਂ ਆਰਡਰ ਕਰਵਾ ਕੇ ਦਵਾ ਦਿੱਤਾ ਸੀ। ਸੋ ਜਿਹੜੇ ਨੌਜਵਾਨ ਮਾਰੇ ਗਏ, ਗਾਇਬ ਹੋ ਗਏ, ਡੁੱਬ ਗਏ, ਉਹਨਾਂ ਦੇ ਪਰਿਵਾਰਾਂ ਨੂੰ 50-50 ਹਜ਼ਾਰ ਮਿਲਿਆ? ਸਿਰਫ ਮੈਂ ਕਿਹਾ ਇਹ ਕਹਿੰਦੇ ਆ ਇਹ ਤਾਂ ਸਾਡੀ ਮਰਜ਼ੀ ਨਾਲ ਗਏ ਆ, ਗੈਰ ਕਾਨੂੰਨੀ ਗਏ ਆ, ਆਪ ਮੌਤ ਦੇ ਮਨ 'ਚ ਗਏ ਆ, ਅਸੀਂ ਕੀ ਕਰ ਸਕਦੇ ਹਾਂ, ਦੈਟ ਵਾਜ਼ ਦੇਅਰ ਪਲੀ। ਪਰ ਇਸ ਮਾਲਟਾ ਬੋਟ ਸਟ੍ਰੈਟਜੀ ਤੋਂ ਬਾਅਦ ਦੁਨੀਆ 'ਚ ਕਈ ਥਾਵਾਂ 'ਤੇ ਹੋਰ ਵੀ ਇਹੋ ਜਿਹੇ ਹਾਦਸੇ ਹੋਏ ਆ, ਪਿੱਛੇ ਜੇ ਪਨਾਮਾ 'ਚ ਵੀ ਕੁਝ ਲੋਕ ਡੁੱਬ ਗਏ ਆ, ਇਹ ਦੁਬਾਰਾ ਕਿਉਂ ਹੁੰਦੇ ਤੁਹਾਡੇ ਮੁਤਾਬਕ? ਸਾਰੇ ਹੁੰਦੇ ਰਹਿਣੇ ਆ। ਅੱਛਾ, ਮਾਈਗ੍ਰੇਸ਼ਨ ਦਾ ਸਵਾਲ, ਰੁਜ਼ਗਾਰ ਦਾ ਸਵਾਲ, ਵਰਲਡ ਇੱਕ ਕਹਿੰਦੇ ਆ ਹੁਣ ਤੁਹਾਡਾ ਪਿੰਡ ਬਣ ਗਿਆ, ਅਤੇ ਉਹ ਮੈਨੂੰ ਹੁਣ ਗੱਲ ਲੰਬੀ ਹੋ ਜਾਂਦੀ ਆ, ਉਹਦੇ ਵਿੱਚ ਜਿਹੜਾ ਇਹ ਸਾਡਾ ਜਹਾਜ਼ ਸੀ ਨਾ ਮਾਲਟਾ ਟ੍ਰੈਜਡੀ ਵਾਲਾ ਜਿਓਹਾਨ, ਉਹਦਾ ਕੈਪਟਨ ਆਪਣੀ ਇੰਟਰਵਿਊ ਵਿੱਚ ਕਹਿੰਦੇ ਯੂਰਪ ਵਾਲੇ ਸਾਡੇ ਸਾਰੀਆਂ ਚੀਜ਼ਾਂ ਭੇਜਦੇ ਆ, ਬਾਹਰਲੇ ਆਦਮੀ ਕਿਉਂ ਨਹੀਂ ਇੱਥੇ ਆਉਣ ਦਿੰਦੇ? ਕੋਈ ਬੜਾ ਸਵਾਲ ਆ, ਡਿਸਕਸ ਹੋਏਗਾ, ਧਰਤੀ ਸਾਰਿਆਂ ਦੀ ਆ, ਸਾਰਿਆਂ ਨੂੰ ਸਾਰੇ ਤਾਂ ਜਾਣ ਦਾ ਹੱਕ ਵੀ ਹੈ, ਜੇ ਵਰਲਡ ਬੈਂਕ ਕਹਿੰਦਾ ਸਾਰੀਆਂ ਚੀਜ਼ਾਂ ਸਾਰੇ ਥਾਂ ਜਾਣੀਆਂ ਚਾਹੀਦੀਆਂ ਤਾਂ ਮਨੁੱਖ ਵੀ ਮਾਈਗ੍ਰੇਟ ਕਰਨੇ ਅਤੇ ਖੁੱਲ੍ਹਾ ਹੋਣੀਆਂ ਚਾਹੀਦੀਆਂ, ਅਤੇ ਇਹ ਜਿੰਨਾ ਚਿਰ ਨਹੀਂ ਖੁੱਲ੍ਹਾ ਦਿੰਦੇ ਤਾਂ ਲੋਕਾਂ ਨੇ ਜਾਇਜ਼ ਨਜਾਇਜ਼ ਤਰੀਕੇ ਵਰਤੇ। ਗੈਰ ਕਾਨੂੰਨੀ ਮਾਈਗ੍ਰੇਸ਼ਨ ਦੇ ਇਹਨੂੰ ਕਿਵੇਂ ਰੋਕਿਆ ਜਾ ਸਕਦਾ ਤੁਹਾਡੇ ਮੁਤਾਬਕ? ਇਹਨੂੰ ਹਾਲ ਦੀ ਘੜੀ ਤਾਂ ਮੈਂ ਸਮਝਦਾ ਵੀ ਅਸੰਭਵ। ਅੱਛਾ, ਕਿਉਂਕਿ ਜਿਹੜਾ ਤੱਕ ਲਿਆ ਵੀ ਮੈਂ ਜਾਣਾ, ਹੁਣ ਪਨਾਮਾ ਵਾਲੀ ਗੱਲ ਦੱਸੀ, ਅਸੀਂ ਗ੍ਰੀਸ ਠਹਿਰਦੇ ਹਾਂ ਐਥਨਸ, ਰੋਜ਼ 10 ਉੱਥੇ ਮਰ ਗਏ, 5 ਉੱਥੇ ਮਰ, ਉੱਥੇ ਡੇਲੀ ਅਕਰੰਸ ਆ ਸਾਰੇ ਉਹਨਾਂ ਦੇਸ਼ਾਂ ਵਿੱਚ, ਰੂਟੀਨ ਆ, ਇਟ ਇਜ਼ ਨੋ ਨਿਊਜ਼। ਜਦੋਂ ਬੜਾ ਹੋ ਜਾਂਦਾ ਵਾਕਿਆ ਤਾਂ ਅਖਬਾਰ 'ਚ ਛਪ ਛੁਪ ਜਾਂਦਾ ਹੈਗਾ, ਮਾਲਟਾ ਟ੍ਰੈਜਡੀ, ਕਿਉਂਕਿ ਉਸ ਵੇਲੇ ਇੰਟਰਨੈਸ਼ਨਲ ਬੜਾ ਸੀ, ਇੰਟਰਨੈਸ਼ਨਲ ਪਾਣੀਆਂ 'ਚ ਹੋਈ ਸੀ, ਕੋਈ ਦੇਸ਼ ਇਹਦਾ ਜ਼ੁੰਮਾ ਨਹੀਂ ਸੀ ਲੈਂਦਾ, ਅਸੀਂ ਪਿੱਛਾ ਕੀਤਾ, ਉਜਾਗਰ ਹੋ ਗਿਆ, ਤਾਂ ਬਣ ਗਿਆ ਇਹ। ਤੁਹਾਨੂੰ ਲੱਗਦਾ ਵੀ ਜਿਹੜੀ ਇੱਥੇ ਬੇਰੁਜ਼ਗਾਰੀ ਆਪਣੇ ਪੰਜਾਬ 'ਚ ਜਾਂ ਇਸ ਇਲਾਕੇ ਦੇ ਵਿੱਚ, ਉਹ ਵੀ ਇੱਕ ਵੱਡਾ ਕਾਰਨ ਆ ਇਲੀਗਲ ਮਾਈਗ੍ਰੇਸ਼ਨ? ਦੇਖੋ ਸੰਤ ਸਾਹਿਬ, ਜੇ ਅੱਜ ਛੁੱਟੀ ਦੇ ਦੇਣ, ਕੋਈ ਪੰਜਾਬੀ ਪੰਜਾਬ 'ਚ ਰਹਿਣਾ ਹੀ ਨਹੀਂ ਚਾਹੁੰਦਾ, ਪੰਜਾਬ ਤਾਂ ਹੈ ਹੀ ਨਹੀਂ, ਮੈਂ ਤੁਹਾਨੂੰ ਪਹਿਲਾਂ ਦੱਸ ਦਿੱਤਾ, ਪੰਜਾਬ ਤਪੋ ਭੂਮੀ ਗੁਰੂ ਨਾਨਕ ਦੀ, ਵੇਦਾਂ ਦੀ, ਤਕਸ਼ਲਾ ਵਾਲੀ ਪੰਜਾਬ, ਅਤੇ ਮੁਸਲਮਾਨਾਂ ਨੇ ਪਹਿਲਾਂ 2 ਲੱਖ 'ਚੋਂ ਵੱਢ ਦਿੱਤਾ, ਮਗਰੋਂ ਸਿੱਖਾਂ ਤਾਂ ਹਿੰਦੂਆਂ ਨੇ ਕਹਿ ਕੇ ਇਹਦੀਆਂ ਬਾਹਾਂ ਲੁੱਟ ਵੱਢ ਦਿੱਤਾ, ਹੁਣ ਤਾਂ ਲੋਥ ਪਈ ਆ। ਇਸ ਕਰਕੇ ਇੱਥੇ ਹੈ ਕੁਛ ਨਹੀਂ, ਜਿਹੜਾ ਕੈਲੀਫੋਰਨੀਆ ਬਣਾਉਣਾ ਚਾਹੁੰਦੇ ਸੀ, ਲੋਕ ਕੈਲੀਫੋਰਨੀਆ ਨੂੰ ਦੌੜੇ ਕੁ ਜਾਂਦੇ, ਇਹਨਾਂ ਨੂੰ ਪੁੱਛਣ ਵਾਲਾ ਹੋਵੇ, ਪੁੱਛਣਗੇ ਲੋਕ, ਅੱਜ ਤੱਕ ਨਹੀਂ ਪੁੱਛਿਆ, ਤੁਸੀਂ ਕਹਿ ਸਕਦੇ ਹਾਂ, ਲੇਕਿਨ ਕੋਈ ਐਸੀ ਗੱਲ ਨਹੀਂ ਹੈ। ਜਿਹੜੀ ਤੁਸੀਂ ਸੋਸ਼ਲਿਸਟ ਪਾਰਟੀ ਦੇ ਉਹ ਪ੍ਰਧਾਨ ਜੇ, ਹਾਂਜੀ, ਉਹਦੀ ਪੰਜਾਬ ਦੇ ਵਿੱਚ ਤਾਂ ਕੋਈ ਹੋਂਦ ਹੈ ਨਹੀਂ, ਇਹ ਪਾਰਟੀ ਸਾਰੇ ਹਿੰਦੁਸਤਾਨ ਦੇ ਵਿੱਚ 17 ਪ੍ਰਾਂਤਾਂ ਦੇ ਵਿੱਚ ਸਾਡੇ ਯੂਨਿਟ ਹੈਗੇ ਆ। ਅੱਛਾ, ਸਾਡੇ ਕਾਮਰੇਡ ਪੁਰਾਣੇ ਸਿਰਾਣੇ ਰਾਜਿੰਦਰ ਅੱਚਰ ਚੀਫ ਜਸਟਿਸ ਸਾਡੇ ਡਰਾਈਵਰ ਹੈਗਾ, ਹੋਰ ਵੀ ਹੈਗੇ ਆ, ਅਸੀਂ ਠੀਕ ਆ, ਤੁਹਾਡੀ ਗੱਲ 'ਤੇ ਬਹੁਤ ਬੜਾ ਨਹੀਂ ਪ੍ਰੋਜੈਕਟ ਕਰ ਸਕਦੇ, ਲੇਕਿਨ ਆਪਣਾ ਨਾਰਾ ਬੁਲੰਦ ਕਰਦੇ ਆ ਪਿਆ, ਆਈਡਿਓਲੋਜੀ ਨੂੰ ਅਸੀਂ ਪ੍ਰਤੀਬੱਧ ਹੈਗੇ ਹਾਂ, ਸਾਡਾ ਜਨਤਾ ਜਿਹੜਾ ਵੀਕਲੀ ਹੈਗਾ ਨਿਕਲਦਾ ਹੈਗਾ, ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿੰਨਾ ਕੁ ਯੋਗਦਾਨ ਪਾ ਸਕਦੇ ਪਾਉਂਦੇ, ਅਸੀਂ ਕੋਈ ਬਹੁਤੀ ਫੈਂਡ ਨਹੀਂ ਮਾਰਦੇ ਪਏ, PM LA ਬਣਾ ਲੈ ਜਾਂ ਬਣ ਜਾਣਗੇ, ਉਹ ਗੱਲ ਵੱਖਰੀ ਆ। ਇਸ ਵੇਲੇ ਪੰਜਾਬ 'ਚ ਹੋਰ ਸਾਲ ਤੋਂ ਪਹਿਲਾਂ ਹੀ ਚੋਣਾਂ ਹੋਣ ਵਾਲੀਆਂ ਵਾ, 3 ਮੁੱਖ ਪਾਰਟੀਆਂ ਵਾ ਇੱਥੇ, ਅਕਾਲੀ ਭਾਜਪਾ ਇੱਕ ਪਾਸੇ, ਕਾਂਗਰਸ ਦੂਜੇ ਪਾਸੇ, ਕਾਂਗਰਸ ਦੇ ਨਾਲ ਸ਼ਾਇਦ ਖੱਬੀ ਪੱਖੀ ਪਾਰਟੀਆਂ ਵੀ ਆ ਜਾਣ, ਔਰ ਤੀਜੇ ਪਾਸੇ ਆਮ ਆਦਮੀ ਪਾਰਟੀ। ਕੀ ਲੱਗਦਾ ਵਾ ਰੁਝਾਨ ਲੋਕਾਂ ਦਾ ਕਿੱਧਰ ਨੂੰ ਹੋਊ? ਦੇਖੋ ਜੀ, ਸਾਡੇ ਸੋਸ਼ਲਿਸਟ ਪਾਰਟੀ ਦਾ ਇਹ ਗਿਣੀ ਮੱਥੀ ਰਾਏ ਹੈਗੀ ਵੀ ਅਕਾਲੀ ਦਲ ਤਾਂ ਬੁਨਿਆਦੀ ਤੌਰ 'ਤੇ ਪਾਰਟੀ ਹੈ ਹੀ ਨਹੀਂ, ਇਹ ਤਾਂ ਇੱਕ ਪਰਿਵਾਰਕ ਜਾਂ ਪੰਥ ਦੇ ਨਾਂ 'ਤੇ ਮਿਸਯੂਜ਼ ਕਰਨ ਵਾਲੀ ਫਰੋਡ ਪਾਰਟੀ ਹੈ, ਇਹ ਤਾਂ ਤੁਸੀਂ ਕਹਿੰਦੇ ਜੇ ਨਾ, ਚਲੋ ਠੀਕ ਆ। ਇਸ ਕਰਕੇ ਉਹਦੇ ਆਉਣ ਦੀ ਰਾਹ ਵਿੱਚ ਸਾਡੀ ਜਿੰਨੀ ਤਾਕਤ ਅਸੀਂ ਕੋਸ਼ਿਸ਼ ਕਰਾਂਗੇ ਵੀ ਉਹਨਾਂ ਦਾ ਤੁਖਮ ਖਤਮ ਹੋ ਜਾਵੇ, ਕਿਉਂਕਿ ਇਹ ਜਿਹੜਾ ਹੈ ਪਰਿਵਾਰਕ ਪਾਰਟੀ ਆ, ਪੰਥ ਦੀ ਪਾਰਟੀ ਨਹੀਂ ਮਿਸਯੂਜ਼ ਕਰਦੇ। ਕਾਂਗਰਸ ਵੀ ਹੁਣ ਜਿਹੜੀ ਆ ਨਾ, ਬਾਦਲ ਛੋਟਾ ਜਾਗੀਰਦਾਰ ਆ, ਅਤੇ ਕੱਲ ਰਾਜਾ ਉਹ ਵੀ ਬੜਾ ਜਾਗੀਰਦਾਰ ਆ, ਰਾਜਾ ਹੀ ਆ, ਕਾਂਗਰਸ ਹੀ ਚੋਗਾ ਪਾ ਲਿਆ, ਹੋਰ ਨਾ ਵੀ ਕਈਆਂ ਨੇ ਚੋਗੇ ਪਾਏ ਆ, ਕਾਂਗਰਸ ਵੀ ਆਪਣੀ ਆਈਡੀਓਲੋਜੀਕਲ ਛੱਡ ਗਈ ਹੋਗਾ,
ਔਰ ਮੇਰਾ ਮੰਨਣਾ ਆ ਬੜੀ ਆਸ ਸੀ ਆਪ ਦੇ ਨਾਲ, ਪਰ ਆਪ ਵੀ ਕਿਸੇ ਆਈਡੀਆਲੋਜੀਕਲ ਜਾਂ ਕਿਸੇ ਸਿਸਟਮ ਵਿੱਚ ਹਾਲ ਦੀ ਘੜੀ ਵਿਸ਼ਵਾਸ ਕਰਦੀ ਨਹੀਂ ਲੱਗਦੀ। ਇਸ ਕਰਕੇ ਇਹਦਾ ਵੀ ਫਿਊਚਰ ਲੋਕਾਂ ਦੀ ਆਸ ਜਗਾਈ ਆ। ਇਹਨੇ ਦਿੱਲੀ ਦੇ ਵਿੱਚ ਮੋਦੀ ਨੂੰ ਰੋਕਿਆ, ਜਿਹਨੂੰ ਵਟ ਵੀ ਕਾਲ ਸਟੇਟਸ ਕੋ ਤੋੜਿਆ। ਪੰਜਾਬ ਵਿੱਚ ਵੀ ਸਟੇਟਸ ਕੋ ਤੋੜਨ ਲਈ ਅਸੀਂ ਇਹਦੇ ਸ਼ੁਭ ਚਿੰਤਕ ਹਾਂ, ਲੇਕਿਨ ਇਹ ਕਿੱਦਾਂ ਅੱਗੇ ਵਿੱਚ ਰਹੇਗੀ, ਕਿੱਦਾਂ ਦੇ ਲੋਕਾਂ ਨੂੰ ਚੁਣਦੀ ਆ, ਕਿਉਂਕਿ ਜਿਹੜਾ ਅੱਜ ਇਹਨਾਂ ਦੀ ਤਾਰੀਖ ਦੇ ਵਿੱਚ ਇਹਨਾਂ ਦਾ ਸੰਗਠਨ ਆ, ਉਹ ਸੁਣ ਕੇ ਥੋੜ੍ਹਾ ਰੂੰਕੰਡੇ ਖੜ੍ਹੇ ਹੋ ਜਾਂਦੇ ਆ ਵੀ ਇਹ ਕਿਸੇ ਸਿਸਟਮ ਵਿੱਚ ਨਹੀਂ ਵਿਸ਼ਵਾਸ ਕਰਦੇ, ਬਸ ਆਪਣਾ ਹੀ ਇਕਲੇ ਜਿੱਦਾਂ ਮੋਦੀ ਮੈਂ ਕਰਦਾ ਫਿਰਦਾ, ਕੇਜਰੀਵਾਲ ਵੀ ਮੈਂ। ਤੁਹਾਨੂੰ ਲੱਗਦਾ ਵਾ ਵੀ ਕੋਈ ਸ਼ਾਇਦ ਨਵੀਂ ਵਿਚਾਰਧਾਰਾ ਵਾਲੀ ਪਾਰਟੀ ਕਦੀ ਆਊਗੀ? ਦੇਖੋ ਹਾਂ ਜ਼ਰੂਰ ਆਏਗੀ, ਔਰ ਮੇਰਾ ਇੱਕ ਤੁਹਾਡੇ ਪੰਜਾਬ ਬਾਰੇ ਹੈ ਵੀ ਅਸੀਂ ਕਾਫੀ ਸਾਡੇ ਨਾਲ ਹੋਰ ਛੋਟੇ ਗਰੁੱਪ ਸੋਚਣ ਵਾਲੇ ਹੈਗੇ, ਅਸੀਂ ਕਹਿੰਦੇ ਸੀਟ 117 ਸੀਟਾਂ ਦੇ ਵੇਖਾਂਗੇ ਵੀ ਅਕਾਲੀਆਂ ਨੂੰ ਹਰਾਉਣ ਲਈ ਜਾਂ ਕਾਂਗਰਸ ਨੂੰ ਹਰਾਉਣ ਲਈ ਕਿਹੜਾ ਆਦਮੀ ਜਾਂ ਕਾਂਗਰਸ ਕਿਸੇ ਸਟੇਜ 'ਤੇ ਹੋ ਵੀ ਜਾਵੇ, ਅਕਾਲੀ ਨਾ ਹੋਵੇ, ਕਾਂਗਰਸ ਹੀ ਘਟਣ, ਹੋਰ ਲੋਕ ਆਉਣ, ਐਡਾ ਹੱਕ ਟੁੱਟੇ ਜਿਹਨੂੰ ਬਟ ਵੀ ਕਾਲ ਸਟੇਟਸ ਕੋਈ ਨਵੀਂ ਜਾਗੇ ਤਜਰਬਾ ਹੀ ਸਹੀ ਤਾਂ ਕੋਈ ਜ਼ਰੂਰੀ ਆ। ਇਹਨਾਂ ਨੇ ਕਿਹੜੇ ਸਾਡੇ ਗੱਲ 'ਚ ਫੁੱਲ ਪਾ ਤੇ ਉਜਾੜ ਤਾਂ ਦਿੱਤਾ ਪੰਜਾਬ, ਤਜਰਬਾ ਹੋ ਜੂ ਜੀ। ਬਹੁਤ ਬਹੁਤ ਧੰਨਵਾਦ ਬਲਵੰਤ ਸਿੰਘ ਖੇੜਾ ਜੀ, ਬਹੁਤ ਬਹੁਤ ਧੰਨਵਾਦ, ਥੈਂਕ ਯੂ।